ਅੱਜ ਦੀਆਂ ਖਬਰਾਂ ਵਾਂਗ ਚਲਿਏ ਤੇ ਕਹਿੰਦੇ ਵੀ ਜਿਹੜਾ ਸੈਨ ਫਰਾਂਸਿਸਕੋ ਦਾ ਇੰਟਰਨੈਸ਼ਨਲ 에ਅਰਪੋਰਟ ਆ ਇਹ ਪੂਰੇ ਅਮਰੀਕਾ ਦੇ ਵਿੱਚ ਬੈਸਟ ਵੱਡਾ 에ਅਰਪੋਰਟ ਗਿਣਿਆ ਗਿਆ ਹੈ ਵਾਲ ਸਟਰੀਟ ਜਨਰਲ ਨੇ ਸਰਵੇ ਕੀਤਾ ਹੈ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜੋ ਪੈਸੇਂਜਰਸ ਹੈਗੇ ਆ ਉਹਨਾਂ ਦੇ ਲਈ ਯੋਗਾ ਰੂਮ ਆ ਮਿਊਜ਼ੀਅਮ ਆਰਟ ਐਗਜ਼ੀਬਿਟਸ ਤੇ ਹੋਰ ਰੈਸਟੋਰੈਂਟਸ ਜਿੱਦਾਂ ਵਨ ਮੀ ਜਾਂ ਬੋਰਡਨ ਬੇਕਰੀ ਲਾਈਵ 뮤직 ਕਈ ਜਗ੍ਹਾ ਦੇ ਉੱਤੇ ਹੁੰਦਾ ਹੈ ਆ ਈਵਨ ਦੋ ਕਈ ਵਾਰ ਫੌਗ ਹੁੰਦੀ ਹੈਗੀ ਆ ਉਸ ਏਰੀਆ ਦੇ ਵਿੱਚ ਬੇ ਏਰੀਆ ਦੇ ਵਿੱਚ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਚ 80% ਜੋ ਫਲਾਈਟਸ ਆ ਉਹ ਔਨ ਟਾਈਮ ਪਹੁੰਚਦੀਆਂ ਹੈਗੀਆਂ ਆ ਇਸ ਤੋਂ ਬਿਨਾ ਸੈਨੋਜ਼ੇ ਇੰਟਰਨੈਸ਼ਨਲ 에어ਪੋਰਟ ਉਹ ਵੀ ਤੀਜੇ ਨੰਬਰ ਤੇ ਵੈਸਟ ਮਿਡ ਸਾਈਜ਼ 에어ਪੋਰਟ ਆਇਆ ਹੈਗਾ ਸੈਕਰਾਮੈਂਟੋ ਇੰਟਰਨੈਸ਼ਨਲ 에어ਪੋਰਟ ਤੇ ਸੈਂਡੀਗੋ ਇੰਟਰਨੈਸ਼ਨਲ 에어ਪੋਰਟ ਵੀ ਸੋ ਕਹਿੰਦੇ ਭਈ ਇਹ ਸੈਨ ਫਰਾਂਸਿਸਕੋ ਦੀ ਲਈ ਇੱਕ ਤਰ੍ਹਾਂ ਦੇ ਨਾਲ ਗੁੱਡ ਖਬਰ ਹੈਗੀ ਆ ਐਨਿਊਅਲੀ ਇੱਕ ਤਰ੍ਹਾਂ ਦੇ ਨਾਲ ਸਰਵੇ ਕੀਤਾ ਜਾਂਦਾ ਹੈਗਾ ਆ ਵੱਖ-ਵੱਖ ਪੁਆਇੰਟਸ ਨੂੰ ਲੈ ਕੇ ਤੇ ਇਸ ਵਾਰ ਜੋ ਸੈਨ ਫਰਾਂਸਿਸਕੋ ਆ ਵੈਸਟ 에어ਪੋਰਟ ਸੈਨ ਫਰਾਂਸਿਸਕੋ ਆ ਨਾਲੇ ਵੱਡਾ ਵੀ ਹੈਗਾ ਆ 50 에어ਪੋਰਟ ਦੇ ਕਰੀਬ ਉਹਨਾਂ ਨੇ ਸਰਵੇ ਕੀਤੇ ਆ ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈਗਾ ਓਕਲੈਂਡ ਦਾ ਜਿਹੜਾ 에어ਪੋਰਟ ਆ ਉਹ 10ਵੇਂ ਨੰਬਰ ਤੇ ਆਇਆ ਹੈ ਜੀ ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਇੱਕ ਟਾਈਮ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਉਹ ਡੈਮੋਕ੍ਰੇਟ ਪਾਰਟੀ ਦੀ ਲੀਡਰਸ਼ਿਪ ਤੋਂ ਸਟੈਪ ਡਾਊਨ ਅਸਤੀਫਾ ਜਿਹੜਾ ਉਹ ਦੇ ਰਹੀ ਆ ਕਹਿੰਦੇ ਆ ਵੀ ਹੁਣ ਇਹ ਨਵੀਂ ਜਨਰੇਸ਼ਨ ਨੂੰ ਲੀਡਰਸ਼ਿਪ ਦੀ ਜਿਹੜਾ ਬਟਾਉਣ ਆ ਉਹ ਪਾਸ ਕਰਕੇ ਜਾ ਰਹੀ ਆ ਸੋ ਨੈਂਸੀ ਪਲੋਸੀ ਆਪਣੇ ਚੀਜ਼ਾਂ ਦੇ ਲਈ ਗੱਲਾਂ ਦੇ ਲਈ ਆਪਣੀ ਉਮਰ ਤੇ ਲਈ ਆਪਣੇ ਹਲਕੇ ਦੇ ਲਈ ਹਮੇਸ਼ਾ ਵਿਵਾਦਾਂ ਚ ਸੁਰਖੀਆਂ ਦੇ ਵਿੱਚ ਰਹੀ ਆ ਹਾਊਸ ਦਾ ਸਪੀਕਰ ਦਾ ਜਿਹੜਾ ਇੱਕ ਅਹੁਦਾ ਆ ਉਹ ਅਮਰੀਕਾ ਦੇ ਵਿੱਚ ਤੀਜੇ ਸਭ ਤੋਂ ਵੱਡੇ ਅਹੁਦੇ ਦੇ ਵੱਜੋਂ ਜਿਹੜਾ ਉਹ ਦੇਖਿਆ ਜਾਂਦਾ ਆ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੇ ਉਸ ਤੋਂ ਬਾਅਦ ਦੇ ਵਿੱਚ ਹਾਊਸ ਦਾ ਜਿਹੜਾ ਸਪੀਕਰ ਆ ਇਸ ਮੌਕੇ ਹਾਊਸ ਦੇ ਵਿੱਚ ਰਿਪਬਲਿਕਨ ਪਾਰਟੀ ਨੇ ਮੈਜੋਰਟੀ ਜਿਹੜੀ ਉਹ ਆਲਰੇਡੀ ਜਿੱਤ ਲਈ ਹੈਗੀ ਆ ਤੇ ਕੈਵਨ ਮਕਾਰਥੀ ਉਹਨਾਂ ਨੇ ਜਿਹੜੇ ਲੀਡਰ ਦੇ ਵੱਜੋਂ ਜਿਹੜੇ ਉਹ ਚੁਣੇ ਆ ਤੇ ਜਲਦ ਹੀ ਹਾਊਸ ਦੇ ਸਪੀਕਰ ਲਈ ਵੀ ਉਹਨਾਂ ਦੀ ਜਿਹੜੀ VOTING ਆ ਉਹ ਹੋ ਜਾਵੇਗੀ ਸੋ ਨੈਂਸੀ ਪਲੋਸੀ ਨੇ ਹੁਣ ਜਿਹੜਾ ਹੈ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ ਤੇ ਉਹਨਾਂ ਨੇ ਇਹੀ ਕਿਹਾ ਵੀ ਉਹ ਇਸ ਦੇ ਲਈ ਰੀਇਲੈਕਸ਼ਨ ਆ ਉਹ ਸੀਕ ਨਹੀਂ ਕਰਨਗੇ ਜੀ ਅਗਲੀ ਹੋਰ ਵਿੱਚ ਚਲੀਏ ਕਹਿੰਦੇ ਬੇਰੀਏ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਸੇਲ ਆ ਉਹ 2007 ਸਨ ਦੇ ਲੈਵਲ ਤੇ ਪਹੁੰਚ ਗਈਆਂ ਆ ਸੋ 15 ਸਾਲ ਪਹਿਲਾਂ ਜਿੰਨੀ ਇੱਕ ਘਰਾਂ ਦੀ ਸੇਲ ਹੁੰਦੀ ਸੀ ਉਸ ਤੱਕ ਪਹੁੰਚ ਗਈ ਹੈਗੀ ਆ ਲੋਇਸਟ ਨੰਬਰ ਹੈਗੇ ਆ ਇਹ ਹੁਣ ਤੱਕ ਦੇ ਜੇ ਦੇਖੇ ਜਾਣ ਕਹਿੰਦੇ ਭਈ 40% ਦੇ ਕਰੀਬ ਡਿਕਲਾਈਨ ਹੋਇਆ ਘਰਾਂ ਦੀ ਸੇਲ ਦੇ ਵਿੱਚ ਬੇਰੀਏ ਦੇ ਵਿੱਚ ਸੋ ਬਾਕੀ ਜਿਹੜੇ ਏਰੀਆ ਉਹ ਤੁਸੀਂ ਖੁਦ ਦੇਖ ਸਕਦੇ ਹੈਗੇ ਆ ਘਰਾਂ ਦੀ ਪ੍ਰਾਈਸ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਜੋ ਘਟਣਾ ਸ਼ੁਰੂ ਹੋ ਗਈ ਆ ਪ੍ਰਾਈਸਸ ਘਰਾਂ ਦੀ ਤੇ ਜੇ ਜੇਸ ਹਸਾਬ ਨਾਲ ਇੰਟਰਸਟਡ ਵਧੇ ਹੋਏ ਆ ਆਉਣ ਵਾਲੇ ਕੁਝ ਮਹੀਨਿਆਂ ਚ ਲੱਗਦਾ ਪੀ ਰੀਅਲ ਸਟੇਟ ਦੇ ਉੱਤੇ ਇੱਕ ਹੋਰ ਕਾਫੀ ਵੱਡਾ ਜਿਹੜਾ ਅਸਰ ਪਾਊਗਾ ਕਿੰਨੀ ਕੁ ਪ੍ਰਾਈਸ ਇਹ ਡਿਗਦੀ ਆ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਪਰ ਐਕਟੀਵਿਟੀ ਜਿਹੜੀ ਆ ਉਹ ਆਲਮੋਸਟ ਨਿਲ ਹੈ ਗਈ